ਮੋਹਾਲੀ ਫੋਰਟਿਸ ਦੇ ਵਿੱਚ ਅੱਜ ਜ਼ਰੂਰ ਖਾਸ ਦਿਨ ਦੇਖਣ ਨੂੰ ਮਿਲ ਰਿਹਾ। ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬੇਟੀ ਜਨਮੀ ਹੈ, ਲੇਕਿਨ ਦੂਜੇ ਪਾਸੇ ਟ੍ਰੈਫਿਕ ਪੁਲਿਸ ਵੀ ਜ਼ਰੂਰ ਐਕਟਿਵ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ, ਕਿਉਂਕਿ ਜਿੰਨੀ ਵੀ ਬਾਹਰ ਗੱਡੀਆਂ ਖੜਦੀ ਹੈ ਸੜਕ ਦੇ ਬਿਲਕੁਲ ਸਾਈਡ ਤੇ ਫੋਰਟਿਸ ਹਸਪੀਟਲ ਦੇ ਬਾਹਰ, ਉਹਨਾਂ ਦੀ ਸਾਰੀ ਗੱਡੀਆਂ ਦੇ ਚਲਾਨ ਲਗਾਤਾਰ ਸਵੇਰ ਤੋਂ ਕਿੱਥੇ ਜਾ ਰਹੇ ਨੇ। ਤਸਵੀਰਾਂ ਤੁਸੀਂ ਵੇਖ ਰਹੇ ਹੋ, ਕੰਟੀਨਿਊ ਚਲਾਨ ਕਿੱਥੇ ਜਾ ਰਹੇ ਨੇ। ਹਾਲਾਂਕਿ ਜ਼ਰੂਰ ਅੱਜ ਟ੍ਰੈਫਿਕ ਪੁਲਿਸ ਵੀ ਐਕਟਿਵ ਦਿਖਾਈ ਦੇ ਰਹੀ ਹੈ, ਕਿਉਂਕਿ VIP ਮੂਵਮੈਂਟ ਇੱਥੇ ਜ਼ਿਆਦਾ ਹੈ। ਮੁੱਖ ਮੰਤਰੀ ਇੱਥੇ ਪਹੁੰਚੇ ਸੀਗੇ, ਹੋਰ ਵੀ ਜਿਹੜੇ ਲੋਕ ਇੱਥੇ ਪਹੁੰਚੇ ਸੀਗੇ, ਅਤੇ ਲਗਾਤਾਰ ਟ੍ਰੈਫਿਕ ਪੁਲਿਸ ਵੱਲੋਂ ਕੰਟੀਨਿਊ ਚਲਾਨ ਜਿਹੜੇ ਹੈਗੇ ਗੱਡੀਆਂ ਦੇ ਕੱਟੇ ਜਾ ਰਹੇ ਨੇ। ਤਸਵੀਰਾਂ ਤੁਸੀਂ ਵੇਖ ਰਹੇ ਹੋ, ਇਸ ਜਿੰਨੀ ਵੀ ਗੱਡੀਆਂ ਇੱਥੇ ਖੜੀਆਂ ਬਾਹਰ, ਅੱਗੇ ਪਿੱਛੇ ਜਿਹੜੇ ਪਾਰਕਿੰਗ ਏਰੀਆ ਦੇ ਬਿਲਕੁਲ ਬਾਹਰ ਜਿਹੜੀ ਸੜਕ 'ਤੇ ਖੜੀ ਹੈ, ਉਹਨਾਂ ਦੇ ਸਾਰਿਆਂ ਦੇ ਚਲਾਨ ਜਿਹੜਾ ਕੱਟ ਕੇ ਹੁਣ ਆਨਲਾਈਨ ਜਿਹੜਾ ਕੀਤਾ ਜਾ ਰਿਹਾ। ਸਰ, ਇਹ ਜਿੰਨੀ ਗੱਡੀਆਂ ਖੜੀ ਹੈ ਬਾਹਰ, ਸਾਰਿਆਂ ਦੇ ਚਲਾਨ ਕੱਟੇ ਜਾ ਰਹੇ ਹਨ? ਬਿਲਕੁਲ ਸਰ, ਸਾਰਿਆਂ ਦੇ ਹੋ ਰਹੀ ਸਰ। ਅੱਛਾ ਸਰ, ਵਾਇਲੇਸ਼ਨ ਕੀ ਹੈ? ਸਰ, ਨੋ ਪਾਰਕਿੰਗ ਦੇ ਬੋਰਡ ਵੀ ਲੱਗੇ ਆ, ਅੱਗੇ ਵੀ ਨਾ ਕਈ ਵਾਰ ਸਮਝਾਇਆ ਕਿ ਨੋ ਪਾਰਕਿੰਗ ਨਾ ਕਰਿਆ ਕਰੋ, ਕਿ ਜਿੱਥੇ ਪਾਰਕਿੰਗ ਦੀ ਜਗ੍ਹਾ ਬਣੀ ਹੈ ਤੁਸੀਂ ਉੱਥੇ ਲਗਾਓ, ਪਰ ਲੋਕ ਸਰ ਨਹੀਂ ਸਮਝਦੇ। ਪੇਪਰ 'ਚ ਹਲੇ ਨਿਊਜ਼ 'ਚ ਵੀ ਆ ਗਿਆ ਕਿ ਹੋਸਪਿਟਲਾਂ ਦੇ ਬਾਹਰ ਜਾਂ ਕਿਤੇ ਕਿਸੇ ਵੀ ਜਗ੍ਹਾ ਬਾਹਰ ਤੁਸੀਂ ਰੋਡ ਦੇ ਉੱਤੇ ਗੱਡੀ ਨਹੀਂ ਲਾ ਸਕਦੇ, ਪਰ ਲੋਕ ਨਹੀਂ ਸਮਝਦੇ ਸਰ। ਇਸ ਕਰਕੇ ਸਾਨੂੰ ਬਾਲਾਤਰ ਅਫਸਰਾਂ ਵੱਲੋਂ ਹੁਕਮ ਹੋਇਆ ਕਿ ਕਾਰਵਾਈ ਕੀਤੀ ਜਾਵੇ, ਉਹ ਸਰ ਅਸੀਂ ਕਾਰਵਾਈ। ਇਹ ਸਰ, ਕਿਉਂਕਿ ਰੈਗੂਲਰ ਹੀ ਦੇਖਦੇ ਅਸੀਂ ਕਿ ਕੰਟੀਨਿਊ ਸਾਰੀ ਗੱਡੀਆਂ ਬਾਹਰ ਹੀ ਖੜੀ ਹੁੰਦੀ, ਅੱਜ ਦਾ ਦਿਨ ਕੁਛ ਸਪੈਸ਼ਲ ਹੈ? ਨਹੀਂ ਸਰ, ਸਪੈਸ਼ਲ ਵੀ ਲਾ ਲਓ ਮੁੱਖ ਮੰਤਰੀ ਵੀ ਸਰ, ਕਿਉਂਕਿ CM ਸਾਹਿਬ ਦੀ ਵਿਜ਼ਿਟ ਹੋਈ ਹੈ, ਠੀਕ ਹੈ, ਤੇ ਉਸ ਤੋਂ ਪਹਿਲਾਂ ਵੀ ਅਸੀਂ ਕਰਦੇ ਰਹੇ ਚਲਾਨਾ, ਠੀਕ ਹੈ, ਤੇ ਅੱਜ ਮੇਨ ਕਰਕੇ CM ਸਾਹਿਬ ਆਏ ਸੀ, ਇਹਨਾਂ ਕਰਕੇ ਜ਼ਿਆਦਾ। ਤੇ ਹੁਣ ਰੈਗੂਲਰ ਰਹਿਣ ਵਾਲਾ ਜਾਂ ਸਿਰਫ ਅੱਜ ਦੇ? ਨਹੀਂ ਸਰ, ਰੈਗੂਲਰ ਚਲੇਗਾ ਸਰ। ਕਿਸ ਚੀਜ਼ ਦਾ ਵਾਇਲੇਸ਼ਨ? ਕਿਸ ਤਰ੍ਹਾਂ ਰੋਂਗ ਪਾਰਕਿੰਗ? ਸਰ, ਨੋ ਪਾਰਕਿੰਗ, 2-way ਜ਼ੋਨ ਹੈ ਸਰ, ਇਸ ਕਰਕੇ ਜਿਹਨਾਂ ਰੋਂਗ ਪਾਰਕਿੰਗ ਖੜਾਈ ਗੱਡੀ ਸਰ, ਉਹਨਾਂ ਕਰਕੇ ਜੀ। ਠੀਕ ਹੈ, ਕਿੰਨੀ ਚਲਾਨ ਹੁਣ ਤੱਕ ਕਰ ਚੁੱਕੇ ਨੇ ਸਰ? ਇਸ ਟਾਈਮ ਮਿਨੀਮਮ ਸਰ 25 ਕਰਤੇ ਜੀ, ਠੀਕ ਹੈ, ਬਾਕੀ ਸਰ ਚੱਲ ਰਿਹਾ ਜੀ, ਪਰ ਸਰ ਚੱਲ ਰਿਹਾ ਸਰ। ਠੀਕ ਹੈ, ਤੇ ਨਾਲ ਦੇ ਨਾਲ ਆਨਲਾਈਨ ਪੇਮੈਂਟ ਕਿੱਦਾਂ? ਨਹੀਂ ਸਰ, ਆਨਲਾਈਨ ਸਰ ਪੇਮੈਂਟ ਨਹੀਂ ਜੀ। ਅੱਛਾ, ਕਿਉਂਕਿ ਡਰਾਈਵਰ ਹੈ ਨਹੀਂ ਗੱਡੀ 'ਚ, ਠੀਕ ਹੈ, ਤੇ ਇਸ ਕਰਕੇ ਈ ਚਲਾਨ ਹੋ ਰਿਹਾ ਵਿਦਆਊਟ ਪੇਮੈਂਟ ਕਰ ਰਹੇ ਜੀ, ਬਾਅਦ 'ਚ ਭਰਨਗੇ ਸਰ। ਬਾਅਦ 'ਚ ਭਰਨਗੇ, ਠੀਕ ਹੈ। ਤੇ ਇਹ ਸਾਰੀ ਗੱਡੀਆਂ ਦਾ ਹੁਣ ਚਲਾਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ, ਜਿੰਨੀ ਵੀ ਇੱਥੇ ਗੱਡੀਆਂ ਖੜੀਆਂ, ਹਾਲਾਂਕਿ ਇਹਨਾਂ ਨੇ ਦੱਸਿਆ ਕਿ 25 ਤੋਂ ਵੀ ਵੱਧ ਜਿਹੜੀ ਗੱਡੀਆਂ ਦੇ ਉਹ ਚਲਾਨ ਕਰ ਚੁੱਕੇ ਨੇ, ਹੋਰ ਵੀ ਲਗਾਤਾਰ ਕੰਟੀਨਿਊ ਜਿੰਨੀ ਵੀ ਗੱਡੀਆਂ ਇੱਥੇ ਪਾਰਕਿੰਗ 'ਤੇ ਖੜੀ ਹੈ, ਮਤਲਬ ਨੋ ਪਾਰਕਿੰਗ ਦੇ ਇੱਥੇ ਖੜੀ ਹੈ ਗੱਡੀਆਂ, ਉਹਨਾਂ ਦੇ ਸਾਰਿਆਂ ਦੇ ਚਲਾਨ ਕੀਤੇ ਜਾ ਰਹੇ ਨੇ। ਹਾਲਾਂਕਿ ਜ਼ਰੂਰ ਕਹਿੰਦੇ ਨਜ਼ਰ ਆਏ ਟ੍ਰੈਫਿਕ ਵਾਲੇ ਕਿ ਅੱਜ ਸਪੈਸ਼ਲ ਦਿਨ ਵੀ ਹੈਗਾ, ਕਿਉਂਕਿ ਮੁੱਖ ਮੰਤਰੀ ਦੀ ਵੀ ਵਿਜ਼ਿਟ ਸੀਗੀ, ਇਸ ਕਰਕੇ ਹੋਰ ਵੀ ਐਕਟਿਵ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ। ਮੋਹਾਲੀ ਤੋਂ ਕੈਮਰਾਮੈਨ ਸਰਨਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।